ਲੰਘੇ ਕੁਝ ਦਿਨਾਂ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਚਰਚਾ ਦਾ ਵਿਸ਼ਾ ਬਣਦੀ ਪਈ ਹੈ। ਉਸ ਵੀਡੀਓ ਨੇ ਰਿਕਾਰਡ ਤੋੜ ਦਿੱਤੇ ਨੇ ਮੀਡੀਆ ਦੇ। ਇੰਨੀ ਵਾਰ ਉਹ ਵੀਡੀਓ ਚਲਾਈ ਗਈ ਹੈ ਕਿ ਉਸ ਵੀਡੀਓ ਦੇ ਆਧਾਰ ਦੇ ਉੱਤੇ ਹੁਣ ਵੱਖ ਵੱਖ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਇਹ ਵੀਡੀਓ ਕੋਈ ਹੋਰ ਨਹੀਂ ਸਗੋਂ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਦੀ ਉਹ ਵੀਡੀਓ ਹੈ, ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੀਬੀ ਜਗੀਰ ਕੌਰ ਦੇ ਠੋਡੀ ਦੇ ਉੱਤੇ ਹੱਥ ਲਾਉਂਦੇ ਨਜ਼ਰ ਆ ਰਹੇ ਨੇ। ਉਸ ਵੀਡੀਓ ਤੋਂ ਬਾਅਦ ਵਿਵਾਦ ਇਸ ਹੱਦ ਤੱਕ ਭਖਿਆ, ਜਿਸ ਤੋਂ ਬਾਅਦ ਵੱਖ ਵੱਖ ਕਿਸਮ ਦੇ ਬਿਆਨ, ਟਿੱਪਣੀਆਂ ਅਤੇ ਸਪਸ਼ਟੀਕਰਨ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੋਣ ਲੱਗ ਗਏ ਨੇ। ਔਰ ਉਹ ਬਿਆਨ ਅਜੇ ਤੱਕ ਜਾਰੀ ਨੇ, ਉਸ ਕਿਸਮ ਦੇ ਬਿਆਨ ਅਜੇ ਤੱਕ ਜਾਰੀ ਨੇ। ਰਾਜਾ ਵੜਿੰਗ ਹੁਣ ਇਸ ਉੱਤੇ ਬੋਲਦੇ ਨਜ਼ਰ ਆਏ ਨੇ। ਰਾਜਾ ਵੜਿੰਗ ਨੇ ਇਸ ਮਾਮਲੇ ਦੇ ਉੱਤੇ ਚੁੱਪੀ ਤੋੜੀ ਹੈ, ਔਰ ਨਾ ਸਿਰਫ ਇਸ ਮਾਮਲੇ ਦੇ ਉੱਤੇ ਸਗੋਂ ਰਵਨੀਤ ਸਿੰਘ ਬਿੱਟੂ ਬਾਰੇ ਵੀ ਵਿੱਚ ਹੀ ਗੱਲ ਕਰ ਗਏ ਰਾਜਾ ਵੜਿੰਗ। ਦਰਅਸਲ ਇਸ ਪੂਰੇ ਮਾਮਲੇ ਬਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਲੁਧਿਆਣੇ ਦੇ ਵਿੱਚ ਆਪਣਾ ਪ੍ਰੋਗਰਾਮ ਕਰ ਰਹੇ ਹੁੰਦੇ ਨੇ, ਉਦੋਂ ਰਾਜਾ ਵੜਿੰਗ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ। ਰਾਜਾ ਵੜਿੰਗ ਨੂੰ ਪੁੱਛਿਆ ਜਾਂਦਾ ਆ ਕਿ ਚਰਨਜੀਤ ਸਿੰਘ ਚੰਨੀ ਐਡੀ ਵੱਡੀ ਗੱਲ ਕਿਸ ਤਰ੍ਹਾਂ ਕਰ ਗਏ, ਕਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਬੀਬੀ ਜਗੀਰ ਕੌਰ ਨਾਲ ਇਹ ਹਰਕਤ ਕਰ ਦਿੱਤੀ। ਉਸ ਦੇ ਇਵਜ਼ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ PPCC ਪ੍ਰਧਾਨ ਦਾ ਇਹ ਸਾਫ਼ ਕਹਿਣਾ ਸੀ ਕਿ ਇਹ ਤਾਂ ਕੁਝ ਹੋਇਆ ਹੀ ਨਹੀਂ ਹੈ, ਇੱਥੇ ਤਾਂ ਕੋਈ ਗੱਲ ਹੋਈ ਹੀ ਨਹੀਂ ਹੈ, ਜਿਵੇਂ ਕਿ ਪ੍ਰਚਾਰਿਆ ਜਾ ਰਿਹਾ ਉਸ ਤਰ੍ਹਾਂ ਹਰਗਿਜ਼ ਨਹੀਂ ਹੈ। ਇਹ ਬੇਸ਼ੱਕ ਇਹ ਗੱਲ ਸਹੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਐਡੇ ਵੱਡੇ ਪੱਧਰ ਦੇ ਉੱਤੇ ਨਹੀਂ ਉਭਾਰਿਆ ਜਾਣਾ ਚਾਹੀਦਾ। ਜ਼ਰੂਰ ਜਦੋਂ ਅਸੀਂ ਆਪਣੇ ਬਜ਼ੁਰਗਾਂ ਨੂੰ ਮਿਲਦੇ ਹਾਂ ਜਾਂ ਫਿਰ ਆਪਣੇ ਸਤਿਕਾਰਤ ਸਾਥੀਆਂ ਨੂੰ ਮਿਲਦੇ ਹਾਂ ਅਤੇ ਅਸੀਂ ਸਨੇਹ ਦੇ ਨਾਲ ਉਹਨਾਂ ਨੂੰ ਮਿਲਦੇ ਹਾਂ, ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਮਿਲਦੇ ਹਾਂ, ਅਤੇ ਇਸ ਦੇ ਨਾਲ ਇਹ ਜੱਜ ਨਹੀਂ ਕਰ ਲੈਣਾ ਚਾਹੀਦਾ ਕਿ ਦੋ ਵਿਅਕਤੀਆਂ ਦੇ ਵਿਚਾਲੇ ਕੁਝ ਗਲਤ ਤਕਰੀਰ ਹੋਈ ਹੈ, ਕੁਝ ਗਲਤ ਉੱਥੇ ਆਦਾਨ ਪ੍ਰਦਾਨ ਹੋਇਆ, ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਉੱਥੇ ਸਤਿਕਾਰ ਅਤੇ ਗਰੀਮਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਗਲੇ ਵਿਅਕਤੀ ਨੂੰ ਸਤਿਕਾਰ ਅਤੇ ਸਨੇਹ ਦੇ ਨਾਲ ਮਿਲਿਆ ਗਿਆ। ਉਹੀ ਹਾਲ ਇਸ ਵੀਡੀਓ ਦੇ ਵਿੱਚ ਹੋਏ ਸੀ, ਪਰ ਉਸ ਤੋਂ ਬਾਅਦ ਜੋ ਗੱਲਾਂ ਵਾਪਰੀਆਂ, ਜੋ ਤਕਰੀਰਾਂ ਵਾਪਰੀਆਂ, ਉਹ ਸੋਸ਼ਲ ਮੀਡੀਆ ਦੇ ਉੱਤੇ ਬਰਕਰਾਰ ਨੇ। ਇਸ ਮਾਮਲੇ ਦੇ ਉੱਤੇ ਰਾਜਾ ਵੜਿੰਗ ਨੇ ਵੀ ਆਪਣਾ ਤਰਕ ਦਿੱਤਾ। ਰਾਜਾ ਵੜਿੰਗ ਨੇ ਸਾਫ਼ ਕਿਹਾ ਕਿ ਇਸ ਦੇ ਵਿੱਚ ਕੁਝ ਗੱਲ ਹੋਈ ਨਹੀਂ ਹੈ ਅਤੇ ਇਸ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ, ਕਿਉਂ ਇਸ ਦੇ ਉੱਤੇ ਬਵਾਲ ਕੀਤਾ ਜਾ ਰਿਹਾ। ਅਮਰਿੰਦਰ ਸਿੰਘ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਵਾਲੀ ਇਸ ਵੀਡੀਓ ਦੇ ਉੱਤੇ ਪੁਰਜ਼ੋਰ ਬੋਲੇ ਨੇ, ਔਰ ਜਿਹੜੇ ਵਿਅਕਤੀ ਇਸ ਕਿਸਮ ਦੀ ਵੀਡੀਓ ਜਿਹੜੀ ਹੈ, ਇਸ ਕਿਸਮ ਦੇ ਵਿਚਾਰ ਇਸ ਵੀਡੀਓ ਦੇ ਬਾਰੇ ਫੈਲਾ ਰਹੇ ਨੇ, ਉਹਨਾਂ ਵਿਅਕਤੀਆਂ ਦੇ ਬਾਰੇ ਦੇ ਵਿੱਚ ਮਹਿਲਾ ਕਮਿਸ਼ਨ ਦੇ ਬਾਰੇ ਦੇ ਵਿੱਚ ਬੜੇ ਤਿੱਖੇ ਬਿਆਨ ਜਾਰੀ ਕਰਦੇ ਸੁਣਾਈ ਦਿੱਤੇ ਨੇ। ਉਹਨਾਂ ਨੇ ਸਾਫ਼ ਕਿਹਾ ਆ ਕਿ ਇਸ ਤਰ੍ਹਾਂ ਦੇ ਬਿਆਨ ਦੇਣ ਵਾਲੇ, ਇਸ ਤਰ੍ਹਾਂ ਦੇ ਐਕਸ਼ਨ ਕਰਨ ਵਾਲਿਆਂ ਦੇ ਜੁੱਤੀਆਂ ਪੈਣੀਆਂ ਚਾਹੀਦੀਆਂ ਨੇ, ਇਸ ਤਰ੍ਹਾਂ ਦੇ ਬਿਆਨ ਆਪਣੀ ਤਕਰੀਰ ਦੇ ਵਿੱਚ ਦਿੰਦੇ ਸੁਣਾਈ ਦਿੱਤੇ ਨੇ। ਇਸ ਤੋਂ ਇਲਾਵਾ ਨਾ ਸਿਰਫ ਇਸ ਵੀਡੀਓ ਦੇ ਬਾਰੇ ਬੋਲੇ ਨੇ, ਸਗੋਂ ਇੱਕ ਹੋਰ ਵੀਡੀਓ ਜਿਹੜੀ ਹੁਣ ਤੱਕ ਵਾਇਰਲ ਹੋ ਰਹੀ ਸੀ ਰਵਨੀਤ ਸਿੰਘ ਬਿੱਟੂ ਦੀ, ਵੀਡੀਓਜ਼ ਦਾ ਦੌਰ ਚੱਲਦਾ ਪਿਆ, ਵੀਡੀਓਜ਼ ਬੜੇ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਰਹੀਆਂ ਨੇ, ਕੁਝ ਵੀਡੀਓਜ਼ ਆਪ ਬਣਾਈਆਂ ਗਈਆਂ, ਕੁਝ ਵੀਡੀਓਜ਼ ਮੀਡੀਆ ਨੇ ਬਣਾ ਲਈਆਂ ਅਤੇ ਵਾਇਰਲ ਹੋ ਗਈਆਂ। ਉਹਨਾਂ ਵੀਡੀਓਜ਼ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਵੀ ਇੱਕ ਵੀਡੀਓ ਹੈ, ਜਿਸ ਦੇ ਵਿੱਚ ਉਹ ਕਹਿੰਦੇ ਆਪਣੇ BJP ਦੇ ਦਫ਼ਤਰ ਦੇ ਵਿੱਚ ਸੁੱਤੇ ਸੀ, ਜਾ ਕੇ ਰਵਨੀਤ ਸਿੰਘ ਬਿੱਟੂ ਉੱਥੇ ਜਾ ਕੇ ਉਹਨਾਂ ਨੂੰ ਸੌਣਾ ਪੈ ਗਿਆ। ਉਸ ਮਾਮਲੇ ਦੇ ਉੱਤੇ ਰਾਜਾ ਵੜਿੰਗ ਪੁਰਜ਼ੋਰ ਭਖਦੇ ਨਜ਼ਰ ਆਏ ਨੇ। ਉਹ ਕਹਿੰਦੇ ਨੇ ਕਿ ਇੰਨੀ ਦੇਰ ਤੱਕ ਲੁਧਿਆਣੇ ਦੇ ਵਿੱਚ ਰਹੇ, ਲੁਧਿਆਣੇ ਦੀ MP ਸਾਂਭੀ, ਤਾਂ ਵੀ ਲੁਧਿਆਣੇ ਦੇ ਲੋਕਾਂ ਦੇ ਵਿੱਚ ਭੋਰਾ ਵੀ ਰਸੂਖ ਨਹੀਂ ਬਣਾ ਸਕੇ, ਲੁਧਿਆਣੇ ਦੇ ਲੋਕਾਂ ਦੇ ਦਿਲਾਂ 'ਚ ਨਹੀਂ ਵੱਸ ਸਕੇ ਰਵਨੀਤ ਬਿੱਟੂ। ਹਾਲਾਂਕਿ ਰਾਜਾ ਵੜਿੰਗ ਉਮੀਦਵਾਰੀ ਪਗਾਉਣ ਵਾਸਤੇ ਲੁਧਿਆਣੇ ਆਏ ਨੇ ਅਤੇ ਲੋਕਾਂ ਨੇ ਆਪਣੇ ਦਿਲ ਖੋਲ੍ਹ ਲਏ, ਆਪਣੇ ਘਰ ਖੋਲ੍ਹ ਲਏ, ਕਿਸੇ ਨੇ ਵੀ ਰਾਜਾ ਵੜਿੰਗ ਨੂੰ
ਬਾਹਰ ਸੌਣ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਜਾਦਾ ਲੁਧਿਆਣੇ ਆਇਆ, ਲੋਕਾਂ ਨੇ ਰਿਕੁਐਸਟ ਕਰ ਕਰਕੇ ਹੜ੍ਹ ਲਿਆ ਦਿੱਤਾ, ਜਦਕਿ ਰਵਨੀਤ ਬਿੱਟੂ ਇੱਥੇ ਰਹੇ ਨੇ, MP ਰਹੇ ਨੇ। ਉਹਨਾਂ ਬਾਰੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਗਿਆ, ਉਹਨਾਂ ਨੂੰ ਆਪ ਦਫ਼ਤਰ ਦੇ ਵਿੱਚ ਜਾ ਕੇ ਸੌਣਾ ਪਿਆ। ਵੱਡੇ ਵੱਡੇ ਬਿਆਨ ਦਿੰਦੇ ਰਾਜਾ ਵੜਿੰਗ ਸੁਣਾਈ ਦਿੱਤੇ ਨੇ, ਆਖਿਰ ਕੀ ਕੁਝ ਬੋਲੇ ਨੇ ਹੋਰ, ਆਓ ਸੁਣ ਲੈਂਦੇ ਹਾਂ। ਹੱਥ ਲਗਾਇਆ ਕੀ ਨੇ ਚੰਨੀ ਜੀ ਨੇ, ਕੀ ਨੇ ਫੇਸ 'ਤੇ ਹੱਥ ਲਗਾਉਣਾ ਸਾਡੀਆਂ, ਅਸੀਂ ਮਾਵਾਂ ਭੈਣਾਂ ਦੇ, ਹੁਣ ਅਸੀਂ ਮਾਵਾਂ ਭੈਣਾਂ ਨੂੰ ਜੱਫੀ ਵੀ ਪਾਉਣੇ ਹੈ ਸਾਡੀਆਂ, ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ, ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ। ਇਹੋ ਜਿਹੀ ਗਲਤ ਨੂੰ ਗੱਲ ਨੂੰ ਜੇ ਕੋਈ ਐਸੀ ਟਿੱਪਣੀ 'ਤੇ ਕੰਪਲੇਂਟ ਲਿਖਦਾ, ਮੈਨੂੰ ਲੱਗਦਾ ਉਲਟਾ ਉਹਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ, ਜਾਂ ਇਤਰਾਜ਼ ਬੀਬੀ ਜੀ ਨੂੰ ਹੋਣਾ ਚਾਹੀਦਾ। ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ, ਅਤੇ ਇਹੋ ਜਿਹੀ ਇਹ ਗੱਲ ਕਿਸੇ ਵੱਲੋਂ ਕਰਨੀ, ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ। ਇੱਕੋ ਤੁਸੀਂ ਝੰਡੀਆਂ ਦੀ ਗੱਲ ਕੀਤੀ, ਕਹਿੰਦੇ ਝੰਡੀਆਂ ਬੜੀ ਜ਼ਿਆਦਾ ਨੇ ਬਣਾਈਆਂ ਹੋਈਆਂ ਜੀ, ਜਿਹੜੇ ਕੁਝ ਚੈਨਲ ਹੈਗੇ ਆ, ਕਈ ਤਾਂ ਚੈਨਲ, ਇੱਕ ਤਾਂ ਐਸਾ ਚੈਨਲ ਹੈ ਜਿਹਦੇ 3 ਅੱਖਰਾਂ ਨਾਲ ਸ਼ੁਰੂ ਹੁੰਦਾ, ਉਹ ਪੀ ਤੋਰਾ ਨਾਂ ਹੈ, RTI ਪਾ ਕੇ ਵੇਖ ਲਓ, ਕਰੋੜਾਂ ਰੁਪਇਆ ਲਟਾਤਾ, ਕਰੋੜਾਂ ਰੁਪਇਆ ਲਟਾਤਾ ਇਹੋ ਜਿਹੇ ਚੈਨਲਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ, ਕਿ ਮੈਨੂੰ ਹੀ ਵਿਖਾਈ ਚੱਲੋ, ਇਹ ਕਿੱਥੋਂ ਆ ਰਿਹਾ ਪੈਸਾ? ਇਹ ਜਿਹੜਾ ਝੰਡੀਆਂ ਅਤੇ ਡੰਡਿਆਂ 'ਤੇ ਸਾਡੇ ਕੋਲ ਤਾਂ ਪੂਰਾ ਨਹੀਂ ਆ ਰਿਹਾ, ਕੌਣ ਦੇ ਰਿਹਾ? ਇਹ ਕਿਹੜੀ ਐਸੀ ਫੈਕਟਰੀ ਲਾਤੀ ਹੈ ਐਡੀ ਛੇਤੀ, ਜਿਹੜੀ ਆਮ ਆਦਮੀ ਪਾਰਟੀ ਕੋਲ 2.5 ਸਾਲਾਂ 'ਚ ਐਡੀ ਵੱਡੀ ਫੈਕਟਰੀ ਆ ਗਈ ਹੈ ਕਿ ਉਹਨੇ ਐਡਵਰਟਾਈਜ਼ਮੈਂਟ ਦੇ ਵੱਟ ਕੱਢ ਰਹੀ ਹੈ? ਬਹੁਤ ਚੰਗਾ ਹੋਇਆ ਵੀ ਸਟਾਰ ਪ੍ਰਚਾਰਕ, ਜੇ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਸੀਟਾਂ ਤੇ ਘੁੰਮੇਗਾ, ਇੱਕ ਗੇੜਾ ਲਾਏਗਾ, 25,000 ਵੋਟ BJP ਦੀ ਘੱਟ ਜਾ ਕਰੂ। ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਹੱਕ ਪ੍ਰਚਾਰ ਵੀ ਕਰ ਰਹੇ ਨੇ। ਠੀਕ ਹੈ, ਹਰ ਬੰਦੇ ਨੂੰ ਹੱਕ ਹੈ, ਉਹ ਆਵੇ ਜੀ ਜੀ ਸਦਕਾ ਆਵੇ, ਸਾਨੂੰ ਕੀ ਇਤਰਾਜ਼? ਜ਼ਿਕਰ ਕੀਤਾ ਸੀ ਕਿ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ, ਤਾਂ ਕਿ ਸਿੰਪਥੀ ਵੋਟ ਮਿਲਦੀ ਹੈ। ਰਾਜਾ ਬੜਿੰਗਾ ਜੀ, ਅਸੀਂ ਤੁਹਾਨੂੰ 20 ਸਾਲ ਬਣਾਉਣਾ, ਪ੍ਰਧਾਨ ਇੱਥੇ ਦਾ ਮੁੱਖ ਮੰਤਰੀ ਬਣਾਉਣਾ ਪੰਜਾਬ ਦਾ, ਤੁਹਾਨੂੰ ਮਿਹਰਬਾਨੀ ਬਾਬਾ ਜੀ। ਭਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਮਿਣੀ ਸਾਜ਼ਿਸ਼ ਹੈ, ਜੇ ਖਾਲੀ ਕਰਾਉਣੀ ਸੀ ਤਾਂ 2.5 ਸਾਲ ਪਹਿਲਾਂ ਕਰਾਉਂਦਾ ਭਗਵੰਤ ਸਿੰਘ ਮਾਨ। ਉਹਨੇ ਆਖਿਆ ਯਾਰ ਬਿੱਟੂ ਜਿਤਾਓ ਕਿਵੇਂ ਨਾ ਕਿਵੇਂ, ਇਹ ਕਿਵੇਂ ਨਾ ਕਿਵੇਂ ਕੋਈ ਬਣਾਓ ਐਸਾ ਮਾਹੌਲ, ਪਰ ਮਾਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲ ਤਾਂ ਆਲਰੇਡੀ 3 ਘਰ ਹੈ, ਔਰ ਉਹਨੇ ਰੁਪਈਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅੱਜ ਤੱਕ। ਫਿਰ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਭਰਾਵਾ, ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ, ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ, ਤੈਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰ ਆ ਕੇ ਰਹਿ ਪਾ। ਮੈਨੂੰ ਤਾਂ ਲੁਧਿਆਣੇ ਵਾਲਿਆਂ ਨੇ ਹੱਥ ਖੋਲ੍ਹ ਕੇ ਗੇਟ 100-100 ਕੋਠੀਆਂ 'ਤੇ ਘਰ ਖੋਲ੍ਹਤੇ ਰਾਜੇ ਵੜਿੰਗ ਨੂੰ, ਮੈਨੂੰ ਤਾਂ ਘਰ ਵੀ ਲੈ ਲਿਆ, ਮੈਂ ਐਗਰੀਮੈਂਟ ਹੋ ਗਿਆ, ਅੱਜ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ 'ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਿਆਂਗੇ। ਤੁਹਾਡੇ 'ਤੇ ਸਵਾਲ ਖੜੇ ਕੀਤੇ ਨੇ, ਉਹ ਕਹਿੰਦੇ ਕਿ ਤੁਹਾਡੇ ਕੋਲ ਬੱਸਾਂ ਦੀਆਂ ਬਾਡੀਆਂ ਦਾ ਪੈਸਾ ਬਹੁਤ ਹੈ, ਕੀ ਲੱਗਦਾ ਜੀ? ਉਹਨੂੰ ਕਿਹਾ ਵੀ ਤੇਰਾ ਕੀ ਢਿੱਡ ਦੁਖਦਾ, ਮੇਰੇ ਕੋਲ ਜੇ ਪੈਸਾ ਹੈ ਤੇਰਾ ਕੀ ਢਿੱਡ ਦੁਖਦਾ, ਤੂੰ ਇਹ ਦੱਸ ਵੀ 1,83,00,000 ਕਿੱਥੋਂ ਲੈ ਕੇ ਆਏ, ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਹੈ, ਕਿਹੜੇ ਬੰਦੇ, ਇੱਕ ਕਿੱਥੋਂ ਆਇਆ ਤੂੰ, ਕਿਹਾ ਮੈਂ ਜ਼ਮੀਨ ਕਿਹੜੀ ਜ਼ਮੀਨ ਗਹਿਣੇ ਕੀਤੀ ਹੈ, ਲਿਆ ਤੇਰਾ ਅਕਾਊਂਟ ਵਿਖਾ, ਔਰ ਉਹ ਜ਼ਮੀਨ ਦੀ ਕੀਮਤ ਕਿੰਨੀ ਸੀ ਸਰਕਾਰੀ, ਅਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ, ਤੂੰ ਗੱਲ ਕਰ ਆਪਦੀ। ਰਾਜਾ ਵੜਿੰਗ ਜਿਹੜੀਆਂ ਬੱਸਾਂ ਬੁੱਸਾਂ ਨਾ, ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਅਤੇ ਕਨੈਕਟਰ ਨੂੰ ਸਰਕਾਰੀ ਬੱਸ 'ਚ ਚੜ੍ਹ ਕੇ ਪੁੱਛ ਲਓ, ਜੇ ਹਰੇਕ ਬੱਸ
ਦਾ ਡਰਾਈਵਰ ਤੇ ਕੰਡਕਟਰ ਇਹ ਨਾ ਕਵੇ ਕਿ ਰਾਜੇ ਵੜਿੰਗਾ ਵਰਗਾ ਕੋਈ ਅੱਜ ਤੱਕ ਨਾ ਮੰਤਰੀ ਆਇਆ ਨਾ ਆਉਣਾ, ਫਿਰ ਗੱਲ ਕਰਾਂਗੇ। ਇਸੇ ਕਰਕੇ ਬਿੱਟੂ ਦੇ ਬੁੱਲਾਂ ਤੋਂ ਸਿੱਕਰੀ ਨਹੀਂ ਲਹਿ ਰਹੀ। ਵੜਿੰਗ ਸਾਹਿਬ, ਪਿੰਡਾਂ ਦੇ ਵੱਖ ਵੱਖ ਮੁੱਦੇ ਨੇ ਹੈਗੇ, ਜੇਕਰ ਗੱਲ ਕਰੀਏ ਨਸ਼ਾ ਫਿਰ ਮੁੰਡਾ ਜਿਹੜਾ ਹੈਗਾ, ਕਿਉਂਕਿ ਪਿੰਡਾਂ ਨਾਲ ਗੱਲਬਾਤ ਕੀਤੀ, ਕਹਿੰਦੇ ਨਸ਼ਾ ਹਜੇ ਵੀ ਹੈਗਾ। ਕੈਪਟਨ ਅਮਰਿੰਦਰ ਸਿੰਘ ਐਸੇ ਕਹਿੰਦੇ ਨਸ਼ਾ ਖਤਮ ਕਰ ਦਾਂਗੇ ਜੇ ਦੁਬਾਰਾ ਸਰਕਾਰ ਆਉਂਦੀ ਆਪਣੀ, ਕਾਂਗਰਸ ਦੇ ਨਸ਼ਾ ਕਿੱਦਾਂ ਖਤਮ ਕਰ। ਦੇਖੋ, ਇਹਦੇ 'ਤੇ ਬਹੁਤ ਵੱਡੀ ਚਰਚਾ ਚਾਹੀਦੀ ਹੈ, 5-7 ਦਿਨਾਂ ਦੀ, ਤਮਾਮ ਬੁੱਧੀਜੀਵਾਂ ਨੂੰ ਲੈ ਕੇ, ਲੋਕਾਂ ਨੂੰ ਲੈ ਕੇ, ਔਰ ਵਿਉਂਤਬੰਦੀ ਕਰਨੀ ਪਏਗੀ। ਇਹਦਾ ਕੋਈ ਆਲਟਰਨੇਟਿਵ ਸਾਨੂੰ ਹੱਲ ਕੱਢਣਾ ਪਏਗਾ, ਨਹੀਂ ਇਹ ਨਸ਼ਾ ਬੰਦ ਨਹੀਂ ਹੋਏਗਾ। ਮੈਂ ਕਿਸੇ 'ਤੇ ਬਲੇਮ ਨਹੀਂ ਕਰਦਾ, ਇਹੀ ਸਰਕਾਰਾਂ ਕਹਿੰਦੀਆਂ ਸੀ ਅਸੀਂ ਬੰਦ ਕਰ ਦਿਆਂਗੇ, ਕਿਸੇ ਤੋਂ ਬੰਦ ਨਹੀਂ ਹੋਇਆ। ਬਾਬਾ ਕਿਰਪਾ ਕਰੇ, ਆਉਣ ਵਾਲਾ ਸਮਾਂ ਜੇ ਸਾਨੂੰ ਦਿੱਤਾ, ਇਹਦਾ ਆਲਟਰਨੇਟਿਵ ਹੱਲ ਕੱਢ ਕੇ ਜ਼ਰੂਰ ਵਿਉਂਤਬੰਦੀ ਕਰਕੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।